बीती रात उपमंडल नंगल के अधीन पैंदे पिंड दबकेड़ा दे विच चोरां वल्लों एक घर दे विच चोरी की वारदात नूं अंजाम दिता गया, जिस दे विच चोर लखां रुपए के गहने अते नकदी लैके फरार हो गए। इस घटना संबंधी जानकारी सांझी करदिआं परिवारक मैंबरां ने दस्सिआ कि वह अपने घर दे विच ही सुते हुए सन ते चोर पिछली कंध टप के घर दे विच दाखल होए तो खिड़की पट के घर के कमरे अंदर दाखल होए, जिस तों बाद उन्हां वल्लों अलमारी तोड़ के गहने चुराए गए ते एक ट्रंक जांदे हुए चोर नाल लै गए, जिसका बाहर जाके चोरां वल्लों जंदा तोड़िया गया ते उस दे विच जो नकदी सी ओह वी ओह अपने नाल लै गए। जदों तक परिवारक मैंबरां नूं इस घटना का पता चलता उदों तक चोर चोरी की वारदात को अंजाम दे के फरार होने दे विच कामयाब रहे। परिवारक मैंबरां ते पिंड वासियां दा कहना है कि चोरां दे हौसले दिनों दिन बुलंद होते जा रहे हैं ते अजिहियां वारदातां दे नाल लोकां दे विच सहम दा माहौल बनिया होया है। चोरी की इस घटना तो बाद परिवारक मैंबरां ते पिंड वासियां दा की कहना है, आओ सुनते हाँ। नंगल सिटी अपडेट लई अविनाश शर्मा की रिपोर्ट। मेरा नाम सुखविंदर कौर है जी। राती चोरी होने तो बाद सानू डैडी जी ने उठाया है, फिर उस बाद असी जो बाहर गए ना, साडा कुत्ता भी बाहर खेत बढ़ता और अलमारी भी खुली थी, साड़ी ग्रिलां वगैरह भी पट्टियां मतियां, उधर ट्रंक भी साडा सारा समान खिल रहा है, मेरा बाहर टीने च नहीं के खोलिया हुआ था, मतलब जिन्ने भी पैसे थे गहने थे जिन्ना भी समान था साडा सारा चोरी हो जी। वारदात कितने कितने अंजाम दी डिटेल दसो। उधरों पहला कंध पर तो चढ़े हुए है जी, उत्थे साडे ओह कंध दी प्लेटां भी टुटियां वाए, कंध पर तो चढ़ के फिर उन्होंने खिड़की उदे वाली शीशे वाली खोली भी है, उस तो बाद उन्हें ग्रिल पट के बाहर रखी हुई थी, अंदर आके फिर उन्हें अंदर तो दरवाजा लाया जी, कुंडी लाई, क्यों डैडी जी होनी बाहर सुते हुए थे बरांडे हॉल से, इन्हों नहीं पता लग्या, असी तो अपने अपने रूम से, उस बाद उन्हें बाकी सारा मतलब जिदा भी था ट्रंक बाहर कढ़िया ग्रिल चो ही, फिर उधर लैके गए बाकी सारा समान उन्हें इतों कढ़ के फिर किया जी। अलमारी भी जी खोली भी थी तोड़ी भी थी सारा कुछ, मतलब लोकर वगैरह सारा कढ़ लिया पता, और कुत्ते नु साडे नु मार के कंध पर दूसरे खेत च सुट्टिया पता जी। ਕਿੰਨਾ ਤੁਹਾਡੇ ਜੀ ਗਹਿਣੇ ਸੀ ਹੈ ਜੀ? ਤੁਹਾਡੇ ਕਿੰਨੇ ਗਹਿਣੇ ਸੀ? ਨਹੀਂ ਡੈਡੀ ਜੀ ਹੁਣਾਂ ਦੇ ਇੱਥੇ ਗਹਿਣੇ, ਇਹਨਾਂ 'ਚ ਸਾਰੇ ਸਾਡੇ ਨਹੀਂ ਸੀ ਜੀ। ਕਿੰਨਾ ਨੁਕਸਾਨ ਹੋਇਆ ਹੁਣ ਆਏ ਜੀ? ਮੈਂ 4-5 ਲੱਖ ਦਾ ਤਾਂ ਹੈਗਾ, ਤਾਂ ਬਾਕੀ ਬੀਮਾ ਤਾਂ ਮਾਤਾ ਦੇ ਵੀ ਪੈਸੇ ਪਏ ਦੇ ਵਿੱਚ, ਜਿੱਦਾਂ ਆਪਣੇ ਅਲੱਗ ਹਰੇਕ ਜਨਾਂ ਦੀ ਰੱਖਦੀ ਹੋਈ ਹੈ ਜੀ, ਇੱਦਾਂ ਡੈਡੀ ਜੀ ਹੁਣਾਂ ਦੇ ਵੀ ਪਏ ਵੇ ਦੇ ਵਿੱਚ। ਕਰੀਏ ਜੀ ਕੀ ਕਹਿਣਾ ਚਾਹੋਗੇ? ਮੈਨੂੰ ਸਵੇਰੇ ਜਦੋਂ ਪਤਾ ਲੱਗਿਆ ਕਿ ਪਿੰਡ 'ਚ ਚੋਰੀ ਹੋਈ ਆ, ਚੋਰੀ ਦੇ ਜਿਹੜੇ ਕਾਰਨ ਆ ਜੋ ਪਿੰਡਾਂ ਵਿੱਚ, ਵੈਸੇ ਤਾਂ ਦੁੱਖ ਦੀ ਗੱਲ ਹੈ ਕਿ ਜਿਹੜੀ ਪਿੰਡ ਵਿੱਚ ਚੋਰੀ ਹੋਈ ਹੈ, ਪਰ ਚੋਰੀ ਦੇ ਕਾਰਨ ਤਾਂ ਦੇਖੋ ਬਹੁਤ ਜ਼ਿਆਦਾ ਵਧ ਰਹੇ ਪਿੰਡਾਂ ਵਿੱਚ, ਵਾਰਦਾਤਾਂ ਇੰਨੀਆਂ ਹੋ ਰਹੀਆਂ ਕਿ ਪੁੱਛੋ ਨਾ, ਕਿ ਹਰ ਪਿੰਡ 'ਚ ਦੂਏ ਤੀਜੇ ਦਿਨ ਚੋਰੀ ਹੈ। ਮੈਂ ਤਾਂ ਸਰਕਾਰ ਅੱਗੇ ਇਹੀ ਅਪੀਲ ਕਰੂੰਗਾ, ਪ੍ਰਸ਼ਾਸਨ ਅੱਗੇ ਇਹੀ ਅਪੀਲ ਕਰੂੰਗਾ ਕਿ ਜੋ ਪਿੰਡਾਂ ਵਿੱਚ ਚੋਰੀ ਹੋ ਰਹੀਆਂ ਇਹਨਾਂ ਰੋਕੀਆਂ ਜਾਵੇ, ਅਤੇ ਚੋਰੀ ਹੋਣ ਦੇ ਕਾਰਨ ਕਿਹਾ ਗਏ ਸਾਡੇ ਆਪਣੇ ਕਾਰਨ ਗਏ, ਕਿ ਜੋ ਪਿੰਡਾਂ ਵਿੱਚ ਵਾਰਦਾਤਾਂ ਹੋ ਰਹੀਆਂ, ਪਿੰਡਾਂ ਦੇ ਜੋ ਪਿੰਡਾਂ ਵਿੱਚ ਅਨਨੋਨ ਬੰਦੇ ਪਿੰਡ 'ਚ ਘੁੰਮ ਰਹੇ ਨਾ, ਅਤੇ ਉਹਨਾਂ ਦਾ ਕਿਆ ਕਾਰਨ ਹੈ ਕਿ ਜੋ ਪਿੰਡਾਂ ਵਿੱਚ ਬਿਨਾਂ ਗੱਲ ਤੋਂ ਕੋਈ ਬਾਲ ਵੇਚ ਬਾਲਾ ਵੱਟੇ ਕੁਛ ਵੇਚ ਰਿਹਾ, ਕੋਈ ਕੁਛ ਵੇਚ ਰਿਹਾ, ਕੋਈ ਟੋਫੀਆਂ ਵੇਚ ਰਿਹਾ, ਕਿਆ ਮਤਲਬ ਹੈ ਇਹ? ਕੋਈ ਮਤਲਬ ਨਹੀਂ ਹੈਗਾ, ਇਹ ਸਾਰਾ ਚੋਰੀ ਦਾ ਕਾਰਨ ਹੈਗਾ। ਬਾਕੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨੂੰ ਨਕੇਲ ਪਾਈ ਜਾਵੇ, ਅਤੇ ਪ੍ਰਸ਼ਾਸਨ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਜੋ ਚੋਰੀਆਂ ਵੱਧ ਤੋਂ ਵੱਧ ਰਹੀਆਂ ਇਹਨੂੰ ਰੋਕਿਆ ਜਾਵੇ। ਤੁਹਾਡੇ ਵੱਲੋਂ ਪਿੰਡ 'ਚ ਕਿਆ ਆਲੋਚਨਾ ਕਰਾਈ ਹੈ, ਤੁਸੀਂ ਕਿਆ ਹੁਣ ਸਖਤ ਕਦਮ ਉਠਾਓਗੇ ਪਿੰਡ 'ਚ? ਪਿੰਡ 'ਚ ਮੈਂ ਜੋ ਵੀ ਵੱਧ ਤੋਂ ਵੱਧ ਇਹੀ ਕਰ ਸਕਦਾ ਜੀ, ਮੈਂ ਪਿੰਡ 'ਚ ਲੋਸਮੈਂਟ ਕਰਾਵਾਂਗਾ, ਜੋ ਪਿੰਡ ਵਿੱਚ ਅਨੁਸਾਸ ਬੰਦੇ ਘੁੰਮ ਰਹੇ ਆ, ਜੋ ਵੀ ਪਿੰਡ 'ਚ ਕੋਈ ਵੀ ਆਉਂਦਾ ਅਣਪਛਾਤਾ ਬੰਦਾ, ਉਹਦੀ ਮੈਂ ਜੋ ਵੀ ਉਹਦਾ ਆਧਾਰ ਕਾਰਡ ਦੇਖ ਕੇ ਤਾਂ ਪਿੰਡ ਵਿੱਚ ਘੁੰਮਣ ਦੇਵਾਂਗਾ। ਮੈਂ ਇਹੀ ਕਰ ਸਕਦਾ ਪਿੰਡ ਵਿੱਚ ਲੋਸਮੈਂਟ ਕਰਾ ਕੇ, ਠੀਕ ਹੈ, ਜੋ ਅਣਪਛਾਤੇ ਬੰਦੇ ਘੁੰਮਦੇ ਆ, ਜੋ ਵੀ ਉਹਦੇ ਉੱਤੇ ਬਣਦੀ ਕਾਰਵਾਈ ਹੋਊਗੀ ਮੈਂ ਉਹਦੇ ਉਹਨਾਂ 'ਤੇ ਕਰਾਵਾਂਗਾ ਜੀ। ਮੇਰਾ ਨਾਮ ਜਗਤਾਰ ਸਿੰਘ। ਪਿੰਡ ਕਿਹੜਾ ਜੀ? ਪਿੰਡ ਦਬਕੇੜਾ। ਕੀ ਹੋਇਆ ਜੀ ਇੱਥੇ ਸਾਰਾ ਮਾਮਲਾ? ਇਹ ਹੋਇਆ ਜੀ ਰਾਤ 1 ਵਜੇ ਦੇ ਕਰੀਬ, 12 ਵਜੇ ਦੇ ਕਰੀਬ ਚੋਰ ਆਏ, ਪਿੱਛੋਂ ਚੜ੍ਹੇ, ਦੀਵਾਰ ਦੇ ਪਿੱਛੋਂ ਦੀ ਚੜ੍ਹੇ, ਅਤੇ ਚੜ੍ਹ ਕੇ ਪਿੱਛੋਂ ਪਹਿਲੇ ਖਿੜਕੀ ਸ਼ੀਸ਼ੇ ਵਾਲੀ ਖਿੜਕੀ ਪੱਟੀ, ਫਿਰ ਉਹਨਾਂ ਨੇ ਗ੍ਰਿਲ ਪੱਟੀ, ਗ੍ਰਿਲ ਪੱਟ ਕੇ ਫਿਰ ਅੰਦਰ ਜਾਲੀ ਵਾਲੀ ਖਿੜਕੀ ਦੀ ਉਹ ਪੱਟੀ ਪੱਟ ਕੇ ਅੰਦਰੋਂ ਅਲਮਾਰੀ 'ਚੋਂ ਸੋਨਾ ਕੱਢ ਕੇ ਲੈ ਗਏ, ਟੁੰਬਾ ਘੱਟੋ ਘੱਟ ਹੋਣੀਆਂ 5-6 ਲੱਖ ਦੀਆਂ। ਉਹ ਤੋਂ ਬਾਅਦ ਟਰੰਕਾਂ 'ਚੋਂ ਵੀ ਲੈ ਗਏ ਸਮਾਨ ਕੱਢ ਗਏ, ਪੈਸੇ ਪੂਸੇ ਜੋ ਵੀ ਰੱਖੇ ਵੀ ਤੇ, ਫਿਰ ਇੱਕ ਟਰੰਕ ਬਾਹਰ ਲੈ ਗਏ, ਬਾਹਰ ਜਾ ਕੇ ਉਹਨਾਂ ਨੇ ਥੱਲੇ ਬਾਹਰ ਘਰ ਤੋਂ ਬਾਹਰ ਨਿਕਲ ਗਿਆ, ਉਹਨਾਂ ਨੂੰ ਉਹਦਾ ਕਬਜ਼ਾ ਅਤੇ ਤਾਲਾ 'ਤੇ ਖੋਲਿਆ ਨਹੀਂ, ਕੁੰਡਾ ਤੋੜਿਆ, ਕੁੰਡਾ ਤੋੜ ਕੇ ਉਹਨੂੰ ਵੀ ਉਹ 'ਚ ਵੀ ਪੈਸੇ ਪਏ ਉਹ ਵੀ ਲੈ ਕੇ ਕੱਢ ਗਏ। ਉਹਦੇ ਬਾਅਦ ਸਾਨੂੰ ਪਤਾ ਲੱਗਿਆ। ਉਹ ਤੋਂ ਬਾਅਦ ਕੀ ਕੀਤਾ ਤੁਸੀਂ? ਉਹ ਤੋਂ ਬਾਅਦ ਫਿਰ ਅਸੀਂ ਘੁੰਮ ਘੁੰਮ ਕੇ ਦੇਖਿਆ ਇੱਧਰ ਉੱਧਰ, ਸਾਰਾ ਹੀ ਸਾਨੂੰ ਤਾਂ ਕੋਈ ਮਿਲਿਆ ਨਹੀਂ, ਫਿਰ ਅਸੀਂ ਫਿਰ ਰਾਤ ਜਾਗਦੇ ਰਹੇ ਸਾਰੀ ਰਾਤ।
ये संबंध में पुलिस को देती जानकारी? पुलिस को हम अभी जावे एफ आई आर करा, हम जाना एफ आई आर करा, रात फोन किया उन्हें चक्या नहीं तो हूँ एफ आई आर कराने लिखे जावे कराने वास्ते। हूँ की लगता तुम्हें जिस तरह लगातार चोरी इलाके वधिया पे की कहना चाहोगे? वधिया पे जी नशे वाले लोग है, नशा करते हैं, नशे करके इन्होंने पैसे मिलते नहीं है, फिर चोरियां करते हैं, चोरियां कर हूँ किसी को क्या पता है रैकी करते होने, पहले पाँच सात दिन दस दिन की होनी रैकी देखे हूँ उन्हें इतना क्या हिसाब किताब है, वो किताब ने चोरी की है। हौसले कि देख रहे हो घर वाले घर के ही सुते हैं? हौसले उन्होंने बुलंद है, देखो हौसले बहुत बहुत ही घर के सुत्या होने करके लैके सब कुछ।